This is a simulation game set in a virtual world and does not represent real life. Please play in moderation, take frequent breaks, and play responsibly. ਲੋਕੀ ਤੇ ਚੋਪਰ ਟੀਮ ਮੈਚ ਲੈਟਸ ਗੋ ਕਹਿੰਦੇ ਗੱਲਾਂ ਹੁੰਦੀਆਂ ਨੇ ਬਈ ਏਰੀਏ ਚ ਦੋਨਾਂ ਦੀਆਂ ਚੋਪਰ ਤੇ ਲੋਕੀ ਤੇ ਬਈ ਤੁਸੀਂ ਮੈਚ ਦੇਖਿਓ ਯਾਰ ਪੂਰੇ ਸਵਾਦ ਵਾਲਾ ਮੈਚ ਲੈ ਬਈ ਪਹਿਲਾ ਪੁਆਇੰਟ ਆ ਜਿਹੜਾ ਚੋਪਰ ਦਾ ਤੇ ਅਗਲੇ ਪੁਆਇੰਟ ਵਾਸਤੇ ਅਤੇ ਦੋਨਾਂ ਦਾ ਇੱਕ ਇੱਕ ਪੁਆਇੰਟ ਹੋ ਗਿਆ ਬਾਈ ਤੁਸੀਂ ਮੈਚ ਦੇਖਿਓ ਯਾਰ ਪੂਰਾ ਸਿਰਾ ਮੈਚ ਹੋਊਗਾ ਇਹ ਪੂਰਾ ਸਿਰਾ ਮੈਚ ਆ ਦੋਨਾਂ ਦਾ ਹਾਂ ਅਤੇ ਬਾਈ ਚੋਬਰ ਆ ਜਿਹੜਾ ਉਹ ਗ੍ਰਨੇਡ ਸਿੱਟਣ ਦੇ ਵਿੱਚ ਬਹੁਤ ਮਹਾਰਤ ਹਾਸਲ ਹੈ ਇਹਨੂੰ ਗ੍ਰਨੇਡ ਵਧੀਆ ਕਰ ਲੈਂਦਾ ਇਹ ਅਤੇ ਲੋਕੀ ਬਾਈ ਇੱਦਾਂ ਖੇਡਦਾ ਬਸ ਅਤੇ ਚੋਬਰ ਦੇ ਦੋ ਪੁਆਇੰਟ ਅਤੇ ਲੋਕੀ ਬਾਈ ਦਾ ਇੱਕ ਪੁਆਇੰਟ ਦੇਖਦੇ ਜਾਓ ਬਾਈ ਮੈਚ ਦੇਖਦੇ ਦੋ ਦੋ ਪੁਆਇੰਟ ਹੋ ਗਏ ਦੋਨਾਂ ਦੇ ਦੋ ਦੋ ਪੁਆਇੰਟ ਹੋ ਚੁੱਕੇ ਨੇ ਇਹ ਫਿਰ ਘਸਮਾਉਣ ਪੈਂਦਾ ਹੋਇਆ ਫਿਰ ਘਸਮਾਉਣ ਪੈਂਦਾ ਹੋਇਆ ਅਤੇ ਇਹ ਪੁਆਇੰਟ ਆ ਬਾਈ ਉਹ ਲੋਕੀ ਦੇ ਝੋਲੀ ਦੇ ਵਿੱਚ ਪੈਂਦਾ ਹੋਇਆ ਅਤੇ ਦੋ ਤਿੰਨ ਲੋਕੀ ਬਈ ਆਪਦਾ ਇੱਕ ਪੁਆਇੰਟ ਵਧਾਉਂਦੇ ਹੋਏ ਚੋਬਰ ਵਰਸਸ ਲੋਕੀ ਚੋਬਰ ਅਤੇ ਲੋਕੀ ਲੈ ਬਈ ਤਿੰਨ ਤਿੰਨ ਪੁਆਇੰਟ ਹੋ ਗਏ ਦੋਨਾਂ ਦੇ ਤਿੰਨ ਤਿੰਨ ਪੁਆਇੰਟ ਹੋ ਗਏ ਤੁਸੀਂ ਮੈਚ ਦੇਖੋ ਬਈ ਇਹੋ ਜਿਹਾ ਮੈਚ ਪੂਰਾ ਫਸਵਾਂ ਮੈਚ ਹੈ ਯਾਰ ਲੈ ਬਈ ਚਾਰ ਪੁਆਇੰਟ ਹੋ ਗਏ ਮੈਂ ਪਹਿਲੀ ਕਿਹਾ ਵੀ ਗ੍ਰਨੇਡ ਬਹੁਤ ਵਧੀਆ ਕਰ ਲੈਂਦਾ ਚੋਬਰ ਬਈ ਚਾਰ ਤਿੰਨ ਚਾਰ ਤਿੰਨ ਲੈ ਬਈ ਚਾਰ ਚਾਰ ਪੁਆਇੰਟ ਹੋ ਗਏ ਦੋਨਾਂ ਦੇ ਕਦੇ ਉਹ ਅੱਗੇ ਕਦੇ ਉਹ ਅੱਗੇ ਪਰ ਇਸ ਟਾਈਮ ਦੋਨੇ ਬਰਾਬਰ ਚਾਰ ਚਾਰ ਪੁਆਇੰਟ ਪੰਜ ਚਾਰ ਲੈ ਬਈ ਚੋਬਰ ਨੇ ਫਿਰ ਉਹਦਾ ਇੱਕ ਪੁਆਇੰਟ ਵਧਾ ਤਾ ਲੈ ਬਈ ਚੋਬਰ ਦੇ ਦੋ ਪੁਆਇੰਟ ਵੱਧਦੇ ਹੋਏ ਚਾਰ ਛੇ ਬਾਈ ਪੂਰਾ ਫਸਵਾਂ ਮੈਚ ਆ ਲੋਕੀ ਅਤੇ ਚੋਬਰ ਦਾ ਪੂਰਾ ਫਸਵਾਂ ਮੈਚ ਆ ਇਹ ਪੂਰਾ ਫਸਵਾਂ ਮੈਚ ਆ ਪੰਜ ਛੇ ਪੰਜ ਛੇ ਬਾਈ ਲੋਕੀ ਵਰਸਸ ਚੋਬਰ ਦੋਨੇ ਚੋਟੀ ਦੇ ਪਲੇਅਰ ਨੇ ਬਈ ਇਸ ਟਾਈਮ ਟੀ ਡੀ ਐਮ ਦੇ ਹਾਲਾਂਕਿ ਬਈ ਥੋੜ੍ਹਾ ਜਿਹਾ ਉਹਦੇ ਕੰਮਾਂ ਕਾਰਾਂ 'ਚ ਬੀਜੀ ਨੇ ਤਾਂ ਘੱਟ ਧਿਆਨ ਦਿੰਦੇ ਨੇ ਇਹ ਛੇ ਛੇ ਪੁਆਇੰਟ ਹੋ ਗਏ ਬਈ ਦੇਖੋ ਦੇਖੋ ਬਈ ਦੇਖੋ ਜਮ੍ਹਾਂ ਛੇ ਛੇ ਪੁਆਇੰਟ ਹੋ ਗਏ ਪੂਰੀ ਐਂਡ ਗੱਲਬਾਤ ਆ ਵੀਰੇ ਮੈਚ ਦੀ ਪੂਰੀ ਪੂਰਾ ਫਸਿਆ ਹੋਇਆ ਪੂਰਾ ਫਸਿਆ ਹੋਇਆ ਲੈ ਬਈ ਚੋਬਰ ਫਿਰ ਇੱਕ ਪੁਆਇੰਟ ਤੋਂ ਅੱਗੇ ਸੱਤ ਛੇ
ਪੂਰਾ ਮੈਚ ਫਸਿਆ ਹੋਇਆ ਹੈ, ਪੂਰਾ ਫਸਿਆ ਹੋਇਆ ਬਾਈ। ਲੈ ਬਾਈ ਸੱਤ ਸੱਤ ਹੋ ਗਈ। ਅੱਠ ਲੈ ਬਾਈ, ਤੂੰ ਇਸ ਵਾਰ ਕੱਢ ਕੇ ਲੈ ਗਿਆ ਪੁਆਇੰਟ ਅੱਗੇ। ਸੱਤ ਅੱਠ ਦੇਖੋ, ਲੈ ਬਈ ਲੋਕ ਲੈ ਗਿਆ ਕੱਢ ਕੇ ਦੋ ਪੁਆਇੰਟ ਅੱਗੇ। ਕੱਢ ਜਾਂਦਾ ਇਹ, ਜੇ ਤੁਸੀਂ ਇਹਦੇ ਉੱਤੇ ਬਈ ਪ੍ਰੈਸ਼ਰ ਪਾਉਣੇ ਹੋ ਸਟਾਰਟਿੰਗ ਦੇ ਵਿੱਚ, ਅਤੇ ਲਾਸਟ ਦੇ ਵਿੱਚ ਇਹ ਪ੍ਰੈਸ਼ਰ ਨਹੀਂ ਲੈਂਦਾ, ਲਾਸਟ ਦੇ ਵਿੱਚ ਇਹ ਪੁਆਇੰਟ ਕੱਢਦਾ। ਜਿਉਂ ਜਿਉਂ ਟੈਂਪ ਲੱਗੀ ਜਾਊਗਾ ਅਤੇ ਆਪਣੀ ਗੇਮ ਹੋਰ ਮਤਲਬ ਤੇਜ਼ ਕਰਦਾ ਜਾਊਗਾ। ਬਈ ਅੱਠ ਦਸ, ਜੇ ਤੁਸੀਂ ਦੋ ਚਾਰ ਪੁਆਇੰਟ ਲੋਕੀ ਦੇ ਵਧਾ ਤੇ ਨਾ ਸਟਾਰਟਿੰਗ ਦੇ ਵਿੱਚ, ਪਰ ਇਹ ਲਾਸਟ ਦੇ ਵਿੱਚ ਦੋ ਚਾਰ ਪੁਆਇੰਟ ਕੱਢ ਲੈਂਦਾ, ਪ੍ਰੈਸ਼ਰ ਨਹੀਂ ਲੈਂਦਾ ਇਹ ਟਾਈਮ। ਲੈ ਬਈ ਇੱਕ ਹੋਰ ਪੁਆਇੰਟ, ਅੱਠ ਗਿਆਰਾਂ ਲੋਕੀ ਇਸ ਟਾਈਮ ਤਿੰਨ ਪੁਆਇੰਟ ਲੈ ਕੇ ਅੱਗੇ ਅੱਗੇ ਨਿਕਲ ਗਿਆ ਬਈ। ਜਿਹੜਾ ਟਾਈਮ ਆ ਉਹ ਟਾਈਮ ਤਾਂ 5 ਮਿੰਟ ਦਾ ਟਾਈਮ ਪਿਆ ਸਰ। ਲੈ ਬਈ 9-11 ਦੋ ਪੁਆਇੰਟ ਅੱਗੇ। ਲੈ ਬਈ 10-11 10-11 ਮੈਚ ਪੂਰਾ ਫਸਿਆ ਹੋਇਆ, ਪੂਰਾ ਮੈਚ ਫਸਿਆ ਹੋਇਆ ਬਈ ਇਹ। 10-12 ਲੋਕੀ ਚੋਪਰ ਲੋਕੀ ਬਸ। ਲੈ ਬਈ 11-12 ਮੈਚ ਦੇਖੋ ਬਾਬੇ ਤੁਸੀਂ, ਪੂਰਾ ਕੁੰਡਿਆਂ ਦੇ ਸਿੰਗੜੇ ਹੋਏ ਨੇ ਪੂਰਾ। ਉਹ ਕਹਿੰਦਾ ਜੇ ਤੂੰ ਘੱਟ ਨਹੀਂ ਤਾਂ ਘੱਟ ਕਹਿੰਦਾ ਫਿਰ ਮੈਂ ਵੀ ਨਹੀਂ। ਲੋਕੀ ਬਸ ਚੋਬਰ, ਲੈ ਵੀਰੋ ਲੈ ਵੀਰੋ ਲੈ ਵੀਰੋ ਦੇਖੋ 12-12 ਪੁਆਇੰਟ ਫਿਰ ਮੈਚ ਯਾਰ ਪੂਰਾ ਸਿਰਾ। ਐਂਡ ਗੱਲਬਾਤ ਹੋਈ ਪਈ ਆ, ਐਂਡ ਗੱਲਬਾਤ। 13-12 ਇੱਕ ਪੁਆਇੰਟ ਫਿਰ ਲੈ ਗਿਆ ਵੀ ਲੋਕੀ ਕੱਢ ਕੇ ਅੱਗੇ। ਮੈਚ ਦੇਖੋ ਤੁਸੀਂ ਬਈ ਪੂਰਾ ਸਿਰਾ ਵੀਰੇ, ਪੂਰਾ ਫਸਵਾਂ ਮੈਚ ਆ ਇਹ। ਜਾਂ ਦੋਨੇ ਜਮਾਂ ਟੌਪ ਦੇ ਪਲੇਅਰ ਨੇ ਇਸ ਟਾਈਮ ਯਾਰ ਟੀ ਡੀ ਐਮ ਦੇ। 12-14 ਲੋਕੀ ਅਤੇ ਚੋਬਰ। ਤੇਰਾਂ ਚੌਦਾਂ ਤਿੰਨ ਮਿੰਟ ਦੀ ਖੇਡ ਆ ਜਿਹੜੀ ਉਹ ਬਾਕੀ ਆ ਹਜੇ, 3 ਮਿੰਟ ਦੀ ਗੇਮ ਆ ਜਿਹੜੀ ਉਹ ਬਾਕੀ ਆ ਹਜੇ। 13-14 14-14 ਵੈਸੇ ਹੁਣ ਲੋਕੀ ਨੂੰ ਅਟੈਕ ਕਰਨ ਦੀ ਲੋੜ ਨਹੀਂ ਸੀ ਕਿਉਂਕਿ ਹੈਲਥ ਬਹੁਤ ਘੱਟ ਸੀ ਲੋਕੀ ਕੋਲ, ਥੋੜ੍ਹੀ ਜਿਹੀ ਗਲਤੀ ਕਰਦੇ ਹੋਏ ਇੱਥੇ ਲੋਕੀ ਬਾਈ। ਪਹਿਲਾਂ ਹੈਲਥ ਨੂੰ ਰਿਕਵਰ ਹੋਣ ਲੈਣ ਦਿੰਦੇ, ਫਿਰ ਰਸ਼ ਕਰਨਾ ਸੀਗਾ। ਚੌਦਾਂ ਪੰਦਰਾਂ ਮੈਚ ਪੂਰਾ ਹਜੇ ਵੀ ਫਸਿਆ ਹੋਇਆ ਬਾਈ।
ਲੈ ਬਰੋ ਦੇਖੋ ਮੈਚ ਦੇਖੋ, 15-15 ਦੋ ਮਿੰਟ ਦੀ ਖੇਡ ਹਜੇ ਬਾਕੀ ਆ, ਪੂਰੇ ਪਟਾਕੇ ਪੈਂਦੇ ਹੋਏ ਇਸ ਟਾਈਮ। ਸਿਰਾ ਗੱਲਬਾਤ ਵੀਰੇ, 15-16 ਪੂਰੀ ਸਿਰਾ ਗੱਲਬਾਤ, ਉਹਨੂੰ ਕਿਹਾ ਸੀ ਬਾਈ ਪੂਰੀ ਸਿਰਾ ਗੱਲਬਾਤ ਆ ਦੋਨਾਂ 'ਚ, 15-16 15-17 ਦੋ ਪੁਆਇੰਟ ਅੱਗੇ ਬਾਈ। ਇਹ ਬਾਈ ਲਾਸਟ ਟਾਈਮ 'ਤੇ ਲੋਕ ਬਹੁਤ ਵਧੀਆ ਖੇਡਦੇ, ਇੰਪ੍ਰੈਸ਼ਨ ਨਹੀਂ ਲੈਂਦਾ ਇਹ ਟਾਈਮ। ਮੈਂ ਪਹਿਲਾਂ ਵੀ ਕਿਹਾ ਸੀ ਲਾਸਟ ਟਾਈਮ 'ਤੇ ਅਤੇ ਜੀ ਤੁਸੀਂ 4-5 ਪੁਆਇੰਟ ਜਿਹੜੇ ਉਹ ਵਧਾ ਚੁੱਕੇ ਹੋ, ਪਰ ਲਾਸਟ ਪੁਆਇੰਟ 'ਤੇ ਉਹ ਰਿਕਵਰ ਕਰ ਲੈਂਦਾ ਹੈ ਬਾਈ। ਪਹਿਲਾਂ ਵੀ ਕਦੋਂ ਮੈਚ ਦੇਖੇ 15-18 ਇੱਕ ਮਿੰਟ ਦੀ ਖੇਡ ਆ ਜਿਹੜੀ ਉਹ ਬਾਕੀ ਹੈ ਬਾਈ। ਮੈਚ ਪੂਰਾ ਚੋਪੀ ਦਾ, ਮੈਚ ਇਸ ਟਾਈਮ ਫਸਿਆ ਹੋਇਆ, ਦੋ ਪੁਆਇੰਟ ਤੋਂ ਲੋਕ ਅੱਗੇ ਅਤੇ ਚੋਪਰ ਦੇ 16 ਪੁਆਇੰਟ। ਓ ਭਾਈ ਉਲਝ ਗਿਆ ਚੋਪਰ ਨੂੰ, ਲੱਗਿਆ ਵੀ ਸ਼ਾਇਦ ਉੱਥੇ ਹੀ ਹੋਣਾ ਇਹ ਪਲੇਅਰ। ਲੈ ਬਾਈ 4 ਅੰਕ ਆ ਜਿਹੜੇ ਉਹ ਅੱਗੇ ਲੰਘਦੇ ਹੋਏ ਬਾਈ, ਸ਼ਾਇਦ ਹੁਣ ਇਹ ਮੈਚ ਆ ਜਿਹੜਾ ਉਹ ਲੋਕੀ ਦੇ ਹੱਥ 'ਚ ਆਏ। ਸਤਾਰਾਂ ਵੀਹ ਪਿੰਡ ਦੀ ਖੇਡ ਬਾਕੀ, ਕਿਆ ਬਾਤ ਹੈ, ਕਿਆ ਬਾਤ ਹੈ ਬਾਈ। ਕਿਉਂ ਬਾਈ ਮੈਚ ਦਾ ਆਨੰਦ ਲਿਆ ਫਿਰ ਪੂਰਾ, ਮੈਚ ਫਸਿਆ ਸੀ ਨਾ ਪੂਰਾ। 17-21 4 ਪੁਆਇੰਟ ਬਾਈ ਜਿਹੜੇ ਲੋਕੀ ਦੇ ਵੱਧ ਨੇ, ਚੋਬਰ ਨੇ 17 ਕਿੱਲ ਕੀਤੇ ਆ ਅਤੇ ਲੋਕੀ ਬਾਈ ਨੇ 21 ਕਿੱਲ ਕੀਤੇ ਆ। ਮੈਚ ਜਮਾਂ ਐਂਡ ਗੱਲਬਾਤ ਬਾਈ, ਐਂਡ ਜਮਾਂ।